ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਪੰਜਾਬੀ ਪੀਡੀਓਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵੈਲਕਮ ਆ। ਐਂਡ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਤਕਰੀਬਨ 2 ਮਹੀਨਿਆਂ ਬਾਅਦ, ਅਤੇ ਆਪਣੀ ਜਿਹੜੀ ਅੱਜ ਦੀ ਵੀਡੀਓ ਆ, ਅਗੇਨ ਮੈਂ ਕਿਹਾ ਸ਼ੁਰੂ ਤਾਂ ਕਰਨਾ ਹੀ ਆ ਕੋਈ ਨਾ ਕੋਈ ਕੰਮ, ਅਤੇ ਇੱਕ ਆਪਾਂ ਇੱਕ ਛੋਟਾ ਜਿਹਾ ਗੈਜਟ ਲੈ ਕੇ ਆਉਂਦਾ ਆ। ਤੁਸੀਂ ਉਹਦੇ ਨਾਲ ਰਿਲੇਟਡ ਵੀਡੀਓਜ਼ ਪਹਿਲਾਂ ਵੀ ਦੇਖੀਆਂ ਨੇ, ਲਾਈਕ ਜਿੱਥੇ ਆਪਾਂ ਟਾਈਨੀ ਪਲੈਨਟ ਹਾਲ ਮੈਂਸ਼ਨ ਹੇਅਰ, ਉਹ ਵੀ ਤੁਸੀਂ ਦੇਖਿਓ। ਐਂਡ ਉਹ ਅਤੇ ਉਹਦੇ ਵਿੱਚ ਆਪਾਂ ਹੁਣ ਇੱਕ ਜਿਹੜਾ ਉਸ ਤੋਂ ਥੋੜ੍ਹਾ ਜਿਹਾ ਅਪਗ੍ਰੇਡਿਡ ਵਰਜ਼ਨ ਜਿਹਨੂੰ ਕਹਿ ਸਕਦੇ ਹਾਂ ਆਪਾਂ, ਉਹ ਆਪਣੇ ਕੋਲ ਆ ਹੁਣ। ਐਂਡ ਉਹਦੇ ਵਿੱਚ ਜੀ ਇਹਦਾ ਨਾਂ ਆ Insta 360 ONE X, ਅਤੇ ਇਹਦੇ ਵਿੱਚ ਆ ਜੀ ਕਾਫੀ ਵਧੀਆ ਵਧੀਆ ਫੀਚਰਸ। ਅਤੇ ਅੱਜ ਦੀ ਆਪਾਂ 2 ਪਾਰਟ ਵੀਡੀਓ ਕਰਦੇ ਹਾਂ। ਪਹਿਲੇ 'ਚ ਸਿਰਫ ਇਹਦੀ ਅਨਬੋਕਸਿੰਗ ਆ, ਜੇ ਤੁਸੀਂ ਅਨਬੋਕਸਿੰਗ ਪਹਿਲਾਂ ਦੇਖੀ ਹੋਈ ਹੈ ਤੁਸੀਂ ਇਹ ਵੀਡੀਓ ਸਕਿੱਪ ਕਰ ਸਕਦੇ ਹੋ, ਬਟ ਜੇ ਤੁਸੀਂ ਪੰਜਾਬੀ 'ਚ ਨਹੀਂ ਵੇਖੀ ਤਾਂ ਤੁਸੀਂ ਵੇਖ ਸਕਦੇ ਹੋ। ਔਰ ਦੂਸਰੀ ਵੀਡੀਓ ਦੇ ਵਿੱਚ ਆਪਾਂ ਇਹਨੂੰ ਥੋੜ੍ਹਾ ਜਿਹਾ ਯੂਜ਼ ਕਰਾਂਗੇ, ਇੱਧਰ ਉੱਧਰ ਜਾਵਾਂਗੇ, ਦੇਖਾਂਗੇ ਕੀ ਕਰਦਾ ਆ, ਕੀ ਇਹਦਾ ਮਤਲਬ ਆਪਾਂ ਯੂਜ਼ ਕੀ ਕਰ ਸਕਦੇ ਹਾਂ। ਔਰ ਜਿਸ ਤੱਕ ਮੈਨੂੰ ਲੱਗਦਾ ਆ ਕਿ ਵੀ ਇਸ ਕੈਮਰੇ ਦੇ ਨਾਲ ਜਿਹੜੀ ਆਪਣੀ ਯੂਨੋ ਇੱਕ ਵਲੋਗਿੰਗ ਜਿਹੜਾ ਸੈਟਅਪ ਆ, ਇਹ ਕੈਮਰੇ ਦੇ ਨਾਲ ਕਾਫੀ ਜ਼ਿਆਦਾ ਵਧੀਆ ਬਣਦਾ ਆ, ਕਿਉਂਕਿ ਵਨ ਮੈਨ ਆਰਮੀ ਐਂਡ ਸਾਰੇ ਸੀਨ ਜਿਹੜੇ ਤੁਸੀਂ ਸ਼ੂਟ ਕਰ ਸਕਦੇ ਹੋ। ਸੋ ਲੈਟਸ ਡੂ ਦਾ ਅਨਬੋਕਸਿੰਗ ਨਾਓ। ਐਂਡ ਅੱਜ ਆਪਾਂ ਅਨਬੋਕਸਿੰਗ ਕਰਨੀ ਹੈ ਜੀ ਇਹਦੀ। ਸੋ ਅਨਬੋਕਸਿੰਗ ਕਰਦੇ ਹਾਂ ਜੀ, ਅਤੇ ਇਹ ਮੇਰਾ ਫੇਵਰੇਟ ਪਾਰਟ ਆ ਸਾਰੀ ਅਨਬੋਕਸਿੰਗ ਦੇ ਵਿੱਚ, ਜਦੋਂ ਆਪਾਂ ਇਹਨੂੰ ਲਾਉਂਦੇ ਹਾਂ ਜੀ। ਬਟ ਇਹਦੇ 'ਚ ਕੋਈ ਸਾਊਂਡ ਨਹੀਂ ਹੈਗੀ, ਸੋ ਕੋਈ ਸਾਊਂਡ ਇਫੈਕਟ ਨਹੀਂ ਆਪਾਂ ਦੇ ਸਕਦੇ। ਸੋ ਬੋਕਸ ਇੱਦਾਂ ਜੀ, ਫਰੰਟ ਤੋਂ ਫਿਰ ਸਾਈਡ ਤੋਂ ਜੀ, ਠੀਕ ਹੈ ਜੀ, ਅਤੇ ਇੱਧਰੋਂ ਵੀ ਸਾਈਡ ਤੋਂ। ਔਰ ਇਹ 'ਚ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ। ਸੋ ਲੈਟਸ ਡੂ ਦਾ ਅਨਬੋਕਸਿੰਗ। ਇਹ ਹੈ ਜੀ ਇਹਦੇ ਕੈਮਰੇ ਦੇ ਵਿੱਚ, ਬੋਕਸ ਦੇ ਵਿੱਚ ਇਹ ਹੈ ਜੀ ਆਪਣਾ ਕੈਮਰਾ, ਇਹ ਜਿਹੜੀ ਉਹਦੀ ਇਨਵਿਜ਼ੀਬਲ ਸਟਿੱਕ ਆ, ਅਤੇ ਆਹ ਵੀ ਇੱਕ ਸੈਲਫੀ ਸਟਿੱਕ ਉਹਦੇ ਨਾਲ, ਇਹਦੇ ਜਿਹੜੀਆਂ ਬੈਟਰੀਜ਼ ਨੇ। ਸੋ ਇਟਸ ਨਾਈਸ ਕਿ ਵੀ ਇਹਨਾਂ ਨੇ 2 ਬੈਟਰੀਜ਼ ਆਪਾਂ ਨੂੰ ਦਿੱਤੀਆਂ ਨੇ, ਗੁੱਡ ਵਧੀਆ, ਕਾਫੀ ਬੈਟਰੀ ਬੈਕਅਪ ਮਿਲ ਜਾਂਦਾ ਇਹਦੇ ਨਾਲ ਆਪਾਂ ਨੂੰ, ਆਈ ਬਿਲੀਵ। ਸੋ 2 ਬੈਟਰੀਜ਼, ਉਸ ਤੋਂ ਬਾਅਦ ਆਪਣੇ ਕੋਲ ਇਹਦੀ ਸੈਲਫੀ ਸਟਿੱਕ, ਇਹ ਹੈ ਜੀ ਇਹਦੀ ਇਨਵਿਜ਼ੀਬਲ ਸਟਿੱਕ ਜਿਹੜੀ ਕਿ ਕਾਫੀ ਲੰਬੀ ਸਟਿੱਕ ਹੈ ਜੀ ਇਹ ਵਾਲੀ। ਸੋ ਇਹਦੇ ਨਾਲ ਆਪਾਂ ਵਲੋਗਿੰਗ ਜਿਹੜੀ ਕਰ ਸਕਦੇ ਹਾਂ। ਔਰ ਇਸ ਵਲੋਗਿੰਗ ਸਟਿੱਕ ਦੇ ਨਾਲ, ਇਸ ਟ੍ਰਾਈਪੋਡ ਸਟਿੱਕ ਜਿਹਨੂੰ ਕਹਿ ਸਕਦੇ ਹਾਂ ਆਪਾਂ, ਇਹਦੇ ਨਾਲ ਕਾਫੀ ਆਪਾਂ ਨੂੰ ਹੈਲਪ ਹੋਊਗੀ ਕਿ ਵੀ ਹਰ ਇੱਕ ਸੀਨ ਆਪਣੇ ਆਪ ਨੂੰ ਵੀ ਫੋਕਸ 'ਚ ਰੱਖ ਕੇ ਔਰ ਸਾਰਾ 360 ਵਿਖਾਉਣ ਦੇ ਲਈ ਵੀ। ਸੋ ਇੱਕ ਇਹ ਹੈ ਜੀ, ਉਸ ਤੋਂ ਬਾਅਦ ਹੈ ਜੀ ਇਹਦਾ ਟ੍ਰਾਈਪੋਡ, ਜੇ ਤੁਸੀਂ ਇਹਨੂੰ ਸਟੈਂਡ ਦੇ ਉੱਤੇ ਲਾ ਕੇ ਔਰ ਕੋਈ ਸ਼ੂਟ ਕਰਨਾ ਆ। ਐਂਡ ਇਹ ਜਿਹੜੀ ਚੀਜ਼ ਹੈ ਜੀ ਆਪਣੀ, ਜਿੱਥੇ ਇਹ ਜਿਹੜਾ ਆ, ਸੋਰੀ ਐਕਸਾਈਟਿਡ, ਇਹਨੂੰ ਆਪਾਂ ਇੱਥੇ ਟਾਈਟ ਕਰਕੇ ਅਤੇ ਇੱਦਾਂ, ਔਰ ਇਹ ਹੁਣ ਆਪਾਂ ਇੱਦਾਂ ਵੀ ਘੁਮਾਉਣਾ ਆ। ਇਹ ਕਿਉਂ ਕਰਨਾ ਆ ਇਹ ਤੁਹਾਨੂੰ ਦੱਸੂੰਗਾ ਮੈਂ ਅਗਲੀ ਵੀਡੀਓ ਦੇ ਵਿੱਚ, ਸੋ ਵੇਖਣ ਲਈ ਸਟੇ ਟਿਊਨਡ। ਓਕੇ, ਅਤੇ ਇੱਥੇ ਜਿਹੜਾ ਜੀ ਇਹਦਾ ਲੋਕਿੰਗ ਮੈਕਨਿਜ਼ਮ ਆ ਕਿ ਵੀ ਇੱਧਰ ਨੂੰ ਕਰ ਦਿਉ ਅਤੇ ਲੋਕ ਹੋ ਜਾਣਾ ਆ, ਨਹੀਂ ਘੁੰਮੂਗਾ। ਇਹਨੂੰ ਅਨਲੋਕ ਕਰ ਦਿਉ, ਇਹ ਘੁੰਮੂਗਾ ਜਿੱਦਾਂ ਆਪਾਂ ਸਟਿੱਕ ਨੂੰ ਘੁੰਮਾਵਾਂਗੇ। ਅਤੇ ਉਸ ਤੋਂ ਬਾਅਦ ਜੀ ਕੁਝ ਇਹਦੇ ਪੇਪਰ ਵਰਕ ਜੋ ਆਪਾਂ ਕਦੀ ਰੀਡ ਨਹੀਂ ਕਰਦੇ, ਇਹਦੇ ਵਿੱਚ ਕੀ ਆ ਦੇਖਦੇ ਹਾਂ ਜੀ। ਹੁਣ ਪ੍ਰੋਟੈਕਟਿਵ ਪਾਊਚ, ਇਹਦੇ ਵਿੱਚ ਹੈ ਜੀ ਜਿਹੜਾ ਆਪਾਂ ਟਰੈਵਲ ਕਰਨ ਲਈ ਜਦੋਂ ਆਪਾਂ ਨਾਲ ਲੈ ਕੇ ਜਾਣਾ ਤਾਂ ਇਹ ਆਪਾਂ ਯੂਜ਼ ਕਰ ਸਕਦੇ ਹਾਂ। ਫਿਰ ਕੇਬਲ ਹੈ ਜੀ ਆਪਣੇ ਕੰਪਿਊਟਰ ਦੇ ਨਾਲ ਕਨੈਕਟ ਕਰਨ ਲਈ, ਐਂਡ ਦੂਸਰੀ ਹੈ ਜੀ ਕੇਬਲ ਆਪਣੇ ਫੋਨ ਦੇ ਨਾਲ ਕਨੈਕਟ ਕਰਨ ਦੇ ਲਈ। ਸੋ 2 ਕੇਬਲਾਂ ਨੇ ਵੱਖੋ ਵੱਖ, ਇਹ ਆਪਾਂ ਨੂੰ ਜੇ ਲੋੜ ਨਹੀਂ ਪੈਣੀ ਖਾਸ। ਐਂਡ ਇਹ ਵਾਪਸ, ਅਤੇ ਹੁਣ ਆਪਾਂ ਚੱਕਦੇ ਹਾਂ ਜੀ ਕੈਮਰਾ। ਵਾਹ, ਸੋ ਸਾਈਡ ਵਿਊ, ਅਨਦਰ ਵਿਊ, ਸੋ ਕਾਫੀ ਸੋਹਣੀ ਚੀਜ਼ ਬਣਾਈ ਆ।
ਜਿਹਨੂੰ ਜਿਹਨੂੰ ਪਤਾ ਹੈ ਕਿ ਵੀ 360 ਕੈਮਰਾ ਕਿਵੇਂ ਵਰਕ ਕਰਦਾ ਆ ਗੁੱਡ, ਜਿਹਨੂੰ ਨਹੀਂ ਪਤਾ ਉਹ ਇਹ ਦੋ ਲੈਂਸ ਨੇ ਜੋ ਇਹਨਾਂ ਨੇ ਯੂਜ਼ ਕਰਨੇ ਆ 180 ਡਿਗਰੀ ਐਵਰੀ ਸਾਈਡ ਦਾ ਸ਼ੂਟ ਕਰਨਾ ਆ, ਔਰ ਜਿਹੜੀ ਜਿਹਨਾਂ ਦਾ ਇਹਨਾਂ ਨੇ ਜੋ ਡਿਸਟੈਂਸ ਰੱਖਿਆ ਹੋਇਆ ਇੰਨਾ ਕੁ ਪ੍ਰੋਪਰ ਆ ਕਿ ਵੀ ਉਹਦੇ ਨਾਲ ਉਹਨਾਂ ਨੇ ਉਹ ਸਾਰੀ ਫੁਟੇਜ ਨੂੰ ਆਟੋਮੈਟਿਕ ਸਟਿਚ ਵੀ ਕਰ ਦੇਣਾ ਆ, ਔਰ ਐਂ ਲੱਗਣਾ ਕਿ ਵੀ ਜਿੱਦਾਂ ਆਪਾਂ ਡਰੋਨ ਐਂਡ ਆਲ ਦੈਟ ਸਟਫ ਕੋਈ ਵੀ ਚੀਜ਼ ਆਪਾਂ ਫਲਾਈ ਕਰ ਰਹੇ ਹਾਂ। ਇੱਥੇ ਆਪਣੀ ਜਾਊਗੀ ਜੀ ਬੈਟਰੀ, ਅਤੇ ਧਿਆਨ ਨਾਲ ਵੇਖਦੇ ਹੋਏ ਇਹਨੂੰ ਤੁਸੀਂ ਪਾ ਦਿਓ, ਲੋਕ ਕਰ ਦਿਓ, ਅਤੇ ਆਪਣਾ ਇਹ ਤਿਆਰ ਹੈ ਜੀ। ਅਨਬੋਕਸਿੰਗ ਵੀਡੀਓ ਆਪਣੀ ਡਨ ਆ, ਇਸ ਤੋਂ ਅਗਲੀ ਵੀਡੀਓ ਦੇ ਵਿੱਚ ਹੁਣ ਆਪਾਂ ਇਹਨੂੰ ਯੂਜ਼ ਕਿੱਦਾਂ ਕਰਨਾ ਹੈ ਉਹ ਦਿਖਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਟੇਕ ਕੇਅਰ, ਲਵ ਯੂ, ਐਂਡ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ। ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।